ਜ਼ਿਲ੍ਹਾ ਸੰਗਰੂਰ ਦੇ ਧੂਰੇ ਵਿੱਚ ਤੇਜ਼ ਹਵਾਵਾਂ ਕਰਕੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ। ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਇਸ ਅੱਗ ਨੇ ਕਈ ਪਿੰਡਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਕਰਕੇ ਖੇਤਾਂ ਵਿੱਚ ਖੜੀ ਸਾਰੀ ਫਸਲ ਬਰਬਾਦ ਹੋ ਗਈ। ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ, ਪਰ ਫਿਰ ਵੀ ਅੱਗ ਤੇਜ਼ੀ ਨਾਲ ਫੈਲਦੀ ਰਹੀ। ਧੂਰੇ ਦੇ ਵਿੱਚ ਚਾਰ ਜਿਹੜੇ ਪਿੰਡ ਨੇ ਉਹਨਾਂ ਨੂੰ ਉੱਥੇ ਅੱਗ ਦੀ ਰਿਪੋਰਟ ਹੋਈ ਹੈ। ਅੱਜ ਅਸੀਂ ਇੱਥੇ ਪਹੁੰਚ ਕੇ ਸਾਰਾ ਪੁਲਿਸ ਪ੍ਰਸ਼ਾਸਨ ਬਾਕੀ ਜਿਹੜੇ ਸਾਡੇ ਨਾਲ ਦੇ ਮੁਲਾਜ਼ਮ ਨੇ ਪਹੁੰਚ ਕੇ ਇੱਥੇ ਕੰਟਰੋਲ ਕੀਤਾ। ਸਾਡੇ ਕੋਲ ਫਾਇਰ ਟੈਂਡਰਸ ਨੇ ਜਿਹੜੇ ਅਸੀਂ ਉਹ ਬੁਲਾ ਲਏ ਸੀ ਅਲੱਗ ਅਲੱਗ ਇਲਾਕਿਆਂ ਤੋਂ, ਮਲੇਰਕੋਟਲਾ ਤੋਂ, ਸੰਗਰੂਰ ਤੋਂ ਫਾਇਰ ਟੈਂਡਰਸ ਪਹੁੰਚ ਕੇ ਇਸ ਮੁੱਦੇ ਨੂੰ ਕਾਬੂ ਪਾ ਲਿਆ। ਜੇ ਹੁਣ ਕਿਸੇ ਕਿਸਮ ਦੀ ਕਿਸਾਨਾਂ ਦਾ ਨੁਕਸਾਨ ਹੋਇਆ ਉਹਨਾਂ ਤੋਂ ਸਾਨੂੰ ਆਉਂਦੇ ਹਾਂ ਕਿ ਉਹਨਾਂ ਦੇ ਮੁਆਵਜ਼ੇ ਦਾ ਕੇਸ ਬਣਾ ਕੇ ਸਰਕਾਰ ਨੂੰ ਦੇ। ਛੰਨਾ ਤੋਂ ਆ ਗਿਆ ਪਿੱਛੋਂ ਸੰਗਰੂਰ ਵੱਲ ਨੇ ਛੰਨਾ, ਉੱਥੋਂ ਬੇਟਾ ਮੈਂ 10-11 ਵਜੇ ਦੀ ਅੱਗ ਲੱਗੀ ਹੋਈ ਆ ਇਹ ਤਕਰੀਬ ਦਾ ਟਾਈਮ ਤਾਂ ਮੈਂ ਦੇਖਿਆ 10-11 ਵਜੇ ਦਾ ਟਾਈਮ ਆ। ਉਹ ਮੈਂ ਤਾਂ ਹਾਲਤ ਪਵਾ ਕੇ ਜਿੰਨੀ ਹਿੰਮਤ ਹੋਈ ਮੈਂ ਬੇਟ ਕਣਕ ਭਜਾਉਣਾ ਫਿਰਦਾ ਸੀ। ਉੱਤੋਂ ਦੇਖਿਆ ਵੀ ਪਿੰਡ ਵੱਲ ਚੱਲੀ ਆ, ਪਿੰਡ ਨੂੰ ਟਰੈਕਟ ਲੈ ਕੇ ਆਇਆ, ਫਿਰ ਆਪਦੇ ਖੱਤਿਆਂ ਕ ਨਹੀਂ ਗਿਆ, ਉਹ ਵੀ ਭਜਾਉਂਦਾ ਆ, ਉੱਥੋਂ ਬਾਈ ਬਰੇਟ ਤੋਂ ਵੀ ਨਹੀਂ ਪੁੱਜੀ ਜਿੱਥੇ ਕਾਬੂ ਹੋ ਸਕਦਾ ਸੀ, ਉੱਥੋਂ ਬਾਈ ਬਰੇਟ ਵੀ ਨਹੀਂ ਕਰੀ। ਉਹ ਮੈਂ ਗਵਾਹ ਖੁਦ ਹਾਂ, ਉੱਥੇ 1000 ਬੰਦਾ ਖੜਾ ਸੀ, ਪਰ ਕੋਈ ਨਹੀਂ ਬੋਲਿਆ, ਪੁਲਿਸ ਵਾਲੇ ਵੀ ਮੈਂ ਬੋਲਿਆ, ਪਰ ਉਹਨਾਂ ਨੇ ਕਹਿੰਦਾ ਕਿਹੜੇ ਦੇ ਕਹਿ ਮੇਰੀ ਟੂਟੀ ਕਰੀ ਹੋਈ ਵੀ ਅੱਗੇ ਤੋਂ ਪਹੁੰਚ ਸਕਦਾ, ਗਾਹਾਂ ਦਿੱਤੀ ਜਾ ਸਕਦੀ, ਉਹ ਬਾਈ ਬਰੇਟ ਦੀ ਗਲਤੀ ਆ।